ਹੁਸ਼ਿਆਰਪੁਰ ਦਾ ਇੱਕ ਨਿੱਕਾ ਜਿਹਾ ਪਿੰਡ ਰਾਮਗੜ੍ਹ ਸਿਕਰੀ ਜਿੱਥੇ ਕਦੇ ਕੋਈ ਨਿੱਕਾ ਮੋਟਾ ਆਫੀਸਰ ਵੀ ਦੌਰੇ 'ਤੇ ਜਲਦੀ ਜਲਦੀ ਨਹੀਂ ਸੀ ਆਉਂਦਾ, ਉੱਥੇ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਲੈਂਡ ਹੋਇਆ। ਔਰ ਇੰਨਾ ਹੀ ਨਹੀਂ, ਉਹਨਾਂ ਨੇ ਇਹਨਾਂ ਦੇ ਅਚਾਰ ਦਾ ਸਵਾਦ ਹੀ ਨਹੀਂ ਚੱਖਿਆ ਬਲਕਿ ਇਹਨਾਂ ਨੂੰ 70 ਲੱਖ ਦੀ ਗ੍ਰਾਂਟ ਦਿੱਤੀ। ਦੂਸਰੀ ਮਰਤਬਾ ਫਿਰ ਇਹਨਾਂ ਨੂੰ ਕਰੋੜਾਂ ਦੇ ਵਿੱਚ ਗ੍ਰਾਂਟ ਮਿਲੀ। ਇਹਨਾਂ ਨੂੰ ਪੂਰਾ ਸੈਟਅਪ ਲਗਾ ਕੇ ਦਿੱਤਾ ਗਿਆ, ਵੱਡੀਆਂ ਵੱਡੀਆਂ ਮਸ਼ੀਨਰੀਜ਼ ਸੈੱਟ ਕੀਤੀਆਂ ਗਈਆਂ। ਜੋ ਰੇਖਾ ਸ਼ਰਮਾ ਅਤੇ ਇਹਨਾਂ ਦੇ ਨਾਲ ਦੀਆਂ ਔਰਤਾਂ ਕਿੰਨੇ ਕਿੰਨੇ ਦਿਨ ਅਚਾਰ ਕੱਟਿਆ ਕਰਦੀਆਂ ਸਨ ਜਾਂ ਕਿੰਨੇ ਕਿੰਨੇ ਦਿਨ ਅਚਾਰ ਸੁਕਾਇਆ ਕਰਦੀਆਂ ਸਨ, ਉਹ ਕੰਮ ਮਿੰਟਾਂ ਸਕਿੰਟਾਂ ਦੇ ਵਿੱਚ ਕੁਛ ਘੰਟਿਆਂ ਦੇ ਵਿੱਚ ਹੀ ਹੋਣ ਲੱਗ ਗਿਆ। ਸੋ ਇਹ ਬਿਨਾਂ ਸ਼ੱਕ ਮਿਹਨਤ ਅਤੇ ਲਗਨ ਦੀ ਇੱਕ ਨਿਸ਼ਾਨੀ ਸੀ, ਇਸ ਦਾ ਸਬੂਤ ਸੀ ਕਿ ਇਹਨਾਂ ਦੇ ਕਦਮਾਂ ਦੇ ਵਿੱਚ ਕਾਮਯਾਬੀ ਨੇ ਦਸਤਕ ਦਿੱਤੇ ਸਨ। ਬਹੁਤ ਸਾਰੀਆਂ ਥਾਵਾਂ 'ਤੇ ਔਰਤ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਇੱਕ ਨਾਇਕਾ ਹੈ, ਕਿਸੇ ਸ਼ਿਕਾਰ ਜਾਂ ਸ਼ਿੰਗਾਰ ਦਾ ਸਮਾਨ ਨਹੀਂ ਹੈ। ਇਸੇ ਤਰ੍ਹਾਂ ਦੀ ਇੱਕ ਨਾਇਕਾ ਹੈ ਹੁਸ਼ਿਆਰਪੁਰ ਦੇ ਇੱਕ ਪਿੰਡ ਰਾਮਗੜ੍ਹ ਸਿਕਰੀ ਦੀ, ਜਿਸ ਦਾ ਨਾਮ ਹੈ ਰੇਖਾ ਸ਼ਰਮਾ। ਰੇਖਾ ਸ਼ਰਮਾ ਨੇ ਨਾ ਖੁਦ ਆਪਣੇ ਆਪ ਵਾਸਤੇ ਉੱਦਮ ਕੀਤਾ ਹੈ ਬਲਕਿ ਇਲਾਕੇ ਦੀਆਂ 350 ਪੇਂਡੂ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ। 350 ਪੇਂਡੂ ਔਰਤਾਂ ਨੂੰ ਇੱਕ ਕੋਮਨ ਪਲੇਟਫਾਰਮ 'ਤੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਇਹ ਉਹੀ ਰੇਖਾ ਸ਼ਰਮਾ ਨੇ ਜੋ ਸਾਡੀ ਅੱਜ ਦੀ ਅਬੀਬੀ ਸਟੋਰੀ ਦਾ ਫਰੰਟ ਫੇਸ ਨੇ। ਔਰਤ ਲਈ ਜ਼ਿੰਦਗੀ ਜੀਣਾ ਇੰਨਾ ਸੁਖਾਲਾ ਨਹੀਂ ਹੁੰਦਾ, ਮਰਨਾ ਤਾਂ 1 ਮਿੰਟ ਦੀ ਖੇਡ ਹੈ, ਪਰ ਮਰਨ ਨਾਲੋਂ ਜ਼ਿੰਦਗੀ ਜਿਹੜਾ ਮਰ ਮਰ ਕੇ ਜੀਣ ਦਾ ਨਾਂ ਜ਼ਿੰਦਗੀ ਹੈ। ਜੇ ਇਸ ਛੋਟੀ ਜਿਹੀ ਪ੍ਰਭੂ ਦੀ ਦਿੱਤੀ ਖੂਬਸੂਰਤ ਦਾਤ ਦੇ ਵਿੱਚ ਅਸੀਂ ਇਸ ਛੋਟੀ ਜਿਹੇ ਸਮੇਂ ਨੂੰ ਵੱਧ ਤੋਂ ਵੱਧ ਕਿਸ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਤੋਂ ਇਲਾਵਾ ਕਿਸ ਤਰ੍ਹਾਂ ਦੂਸਰਿਆਂ ਦਾ ਭਲਾ ਕਰਨਾ ਹੈ, ਇੱਕ ਔਰਤ ਹੋ ਕੇ ਇੱਕ ਰਸੋਈ ਦੇ ਨਾਲ ਨਾਲ ਮੈਨੇਜ ਕਰਦੇ ਹੋਏ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਆਤਮ ਨਿਰਭਰ ਬਣਨ ਤੋਂ ਬਾਅਦ ਆਪਣੀ ਫੈਮਿਲੀ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਸ ਤਰ੍ਹਾਂ ਅਸੀਂ ਅੱਗੇ ਵਧਣਾ, ਇਹ ਸਾਰਾ ਕੁਛ ਤਾਂ ਹੀ ਹੋ ਸਕਦਾ ਜੇ ਵਿਦ ਸਪੋਰਟ ਹੋਵੇ ਅਤੇ ਤੁਹਾਡੇ ਵਿੱਚ ਕੁਛ ਕਰ ਗੁਜ਼ਰਨ ਦਾ ਜਜ਼ਬਾ ਹੋਵੇ। ਜਿੱਥੇ ਵੀ ਹੁੰਦਾ ਵੱਧ ਤੋਂ ਵੱਧ ਜਿਹੜੀਆਂ ਔਰਤਾਂ ਹੈ ਉਹਨਾਂ ਨੂੰ ਸਕਿੱਲ ਪ੍ਰੋਵਾਈਡ ਕਰੀਏ, ਕਿੱਤਾ ਮੁਖੀ ਬਣਾਈਏ ਤਾਂ ਜੋ ਉਹ ਕਿਸੇ 'ਤੇ ਡਿਪੈਂਡ ਨਾ ਹੋਣ, ਕਿਸੇ 'ਤੇ ਬੋਝ ਨਾ ਬਣਨ, ਉਹ ਕਿਸੇ ਤੋਂ ਭਿੱਖ ਨਾ ਮੰਗਣ, ਉਹਨਾਂ ਦੇ ਇੰਨੇ ਕੁ ਜ਼ਿਆਦਾ ਉਹ ਸਟਰੋਂਗ ਹੋਣ ਕਿ ਉਹ ਲੈਣ ਨਹੀਂ ਉਹ ਦੇਣ ਦੇ ਕਾਬਲ ਬਣਨ। ਇਹ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਸੀ। ਹੁਣ ਤਾਂ ਕੰਮ ਬਹੁਤ ਵੱਡੇ ਲੈਵਲ 'ਤੇ ਕਰ ਰਹੇ ਨੇ, ਪਰ ਉਸ ਵੇਲੇ ਨਵੇਂ ਹੋਣ ਕਰਕੇ ਤਜ਼ਰਬੇ ਦੀ ਬੜੀ ਘਾਟ ਸੀ, ਕੋਈ ਅੰਦਾਜ਼ਾ ਵੀ ਨਹੀਂ ਸੀ। ਕੁਇੰਟਲਾਂ ਦੇ ਹਿਸਾਬ ਨਾਲ ਅਚਾਰ ਬਣਵਾ ਕੇ ਡੱਬਾ ਬੰਦ ਕਰ ਲਿਆ ਸੀ, ਜਦੋਂ ਖੋਲ੍ਹਿਆ ਤਾਂ ਵੇਖਿਆ ਸਾਰੇ ਦਾ ਸਾਰਾ ਖਰਾਬ। ਜਿੰਨੀ ਵੀ ਥੋੜ੍ਹੀ ਬਹੁਤ ਪੂੰਜੀ ਸੀ ਉਹ ਵੀ ਇਨਵੈਸਟ ਹੋ ਚੁੱਕੀ ਸੀ, ਸਭ ਮਿੱਟੀ ਹੋ ਚੁੱਕਾ ਸੀ। ਪਰ ਪਿਤਾ ਨੇ ਰੇਖਾ ਨੂੰ ਹਾਰ ਨਹੀਂ ਮੰਨਣ ਦਿੱਤੀ। ਸਿਖਲਾਈ ਕੇਂਦਰ ਗਏ, ਪ੍ਰੋਪਰ ਟ੍ਰੇਨਿੰਗਸ ਲਈਆਂ, ਸਹੀ ਪ੍ਰਪੋਰਸ਼ਨ ਅਤੇ ਰੈਸਿਪੀ ਸਿੱਖੀਆਂ, ਪ੍ਰੈਜ਼ਰਵੇਸ਼ਨ ਦੇ ਢੰਗ ਸਿੱਖੇ ਅਤੇ ਆਖਰ ਕਾਮਯਾਬ ਹੋ ਗਏ। ਫਿਰ ਅਸੀਂ ਟ੍ਰੇਨਿੰਗ ਲੈ ਕੇ ਕੰਮ ਕਰਨ ਦਾ ਫੈਸਲਾ ਕੀਤਾ, ਜਿਹਦੇ ਵਿੱਚ ਕਿ ਸਾਨੂੰ ਡਿਪਾਰਟਮੈਂਟ ਆਫ ਹਾਰਟੀਕਲਚਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਹਨਾਂ ਦੀ ਸਾਨੂੰ ਕਾਫੀ ਸਪੋਰਟ ਰਹੀ ਆ। ਅਤੇ ਅਸੀਂ ਉਹਨਾਂ ਅਦਾਰਿਆਂ ਨਾਲ ਜੁੜ ਕੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਕੰਮ ਨੂੰ ਪਰਫੈਕਟ ਤਰੀਕੇ ਨਾਲ ਕਰ ਸਕਦੇ ਹਾਂ, ਕਿ ਕੀ ਇਹਦੇ ਬੇਸਿਕ ਲਾਈਨ ਗਾਈਡਲਾਈਨਸ ਹੁੰਦੀਆਂ ਅਤੇ ਟ੍ਰੇਨਿੰਗਸ ਆਪਾਂ ਲੈ ਕੇ ਕਿਸ ਤਰ੍ਹਾਂ ਅਸੀਂ ਇੱਕ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਕੰਮ ਨੂੰ ਸਾਕਾਰ ਰੂਪ ਦੇ ਸਕਦੇ ਹਾਂ। ਅਤੇ ਉਹਦੇ ਬਦੌਲਤ ਹੀ ਜਿੱਥੇ ਅਸੀਂ ਪਹਿਲੇ ਟ੍ਰੇਨਿੰਗਾਂ ਲੈਣ ਜਾਂਦੇ ਸੀ, ਅਤੇ ਹੁਣ ਪ੍ਰਭੂ ਦੀ ਕਿਰਪਾ ਨਾਲ ਇਹੋ ਜਿਹਾ ਟਾਈਮ ਆਇਆ ਅਸੀਂ ਇਸ ਮੁਕਾਮ 'ਤੇ ਹਾਂ ਕਿ ਲੋਕ ਸਾਡੇ ਕੋਲੋਂ ਟ੍ਰੇਨਿੰਗਾਂ ਲੈਣ ਲਈ ਆਉਂਦੇ ਹਾਂ। ਅਤੇ ਇਹ ਸਾਰਾ ਕੁਛ ਮੇਰੇ ਪਾਪਾ ਦੀ ਗਾਈਡਲਾਈਨ ਦੀ ਬਦੌਲਤ ਹੀ ਹੈ ਕਿ ਜਿਹੜਾ ਅੱਜ ਅਸੀਂ ਇੰਨੇ ਯੋਗ ਹਾਂ ਅਤੇ ਉਸ ਪ੍ਰਭੂ ਦੇ ਸ਼ੁਕਰਗੁਜ਼ਾਰ ਹਾਂ। ਪੰਜ ਵਿੱਚ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਜਾਣ ਦਾ ਮੌਕਾ ਮਿਲਿਆ। ਅਚਾਨਕ ਇੱਕ ਸ਼ਾਮ ਆਫਿਸਰ ਦੀ ਇਹਨਾਂ ਨੂੰ ਕਾਲ ਆਉਂਦੀ ਹੈ, ਉਹੀ ਐਗਰੀਕਲਚਰ ਔਰ ਬਾਇਓਡਾਇਵਰਸਿਟੀ ਆਫਿਸਰ। ਉਹ ਇਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਔਰਗੈਨਿਕਲੀ ਇਹ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਤਾਂ ਇਸ ਕਰਕੇ ਤੁਹਾਨੂੰ ਹੁਣ ਕੱਲ੍ਹ ਦਿੱਲੀ ਜਾਣਾ ਪਏਗਾ। ਤੁਹਾਡੇ ਕੋਲ ਜਿੰਨਾ ਵੀ ਸਮਾਨ ਹੈ, ਅਚਾਰ, ਚਟਨੀਆਂ, ਮੁਰੱਬੇ, ਤੁਸੀਂ ਸਾਰਾ ਦਾ ਸਾਰਾ ਪੈਕ ਕਰੋ ਔਰ ਤੁਸੀਂ ਕੱਲ੍ਹ ਨੂੰ ਪ੍ਰਗਤੀ ਮੈਦਾਨ ਜਾਣਾ ਹੈ। ਉੱਥੇ ਜਾ ਕੇ ਤੁਸੀਂ ਆਪਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਗਜ਼ਿਬਿਟ ਕਰਨਾ ਹੈ। ਹੁਣ ਰੇਖਾ ਸ਼ਰਮਾ ਹੋਰਾਂ ਨੂੰ ਬਿਲਕੁਲ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਲੇਬਲ ਕਿੱਦਾਂ ਕਰਨਾ ਹੈ, ਪੈਕ ਕਿਵੇਂ ਕਰਨਾ ਹੈ। ਸੋ ਰਾਤ ਨੂੰ ਚਾਰਟ ਪੇਪਰਸ ਦੁਕਾਨ ਤੋਂ ਲਏ ਜਾਂਦੇ ਨੇ, ਸਾਰੀ ਰਾਤ ਬੈਠ ਕੇ ਇਹਨਾਂ ਨੇ ਲੇਬਲ ਕੀਤਾ ਕਿ ਇਹ ਅੰਬ ਦਾ ਅਚਾਰ ਹੈ, ਇਹ ਅੰਬ ਦਾ ਮੁਰੱਬਾ ਹੈ, ਇਹ ਸੁਕੈਸ਼ ਹੈ, ਫਲਾਣਾ ਫਲਾਣਾ ਜੋ ਵੀ ਸੀ ਉਸ ਲੇਬਲ ਕੀਤਾ। ਔਰ ਲੱਕੀਲੀ ਜਦੋਂ ਅਗਲੇ ਦਿਨ ਇਹ ਉੱਥੇ ਪਹੁੰਚੇ ਤਾਂ ਕਿੰਨੇ ਦਿਨ ਇਹਨਾਂ ਦੇ ਸੈਂਪਲਸ ਦੀ ਲੈਬ ਟੈਸਟਿੰਗ ਹੁੰਦੀ ਰਹੀ ਔਰ ਉੱਥੇ ਨੈਸ਼ਨਲ ਲੈਵਲ ਦੀ ਕੌਣ ਰੇਖਾ ਸ਼ਰਮਾ ਹੋਰਾਂ ਨੂੰ ਔਰ ਇਹਨਾਂ ਦੇ ਪ੍ਰੋਡਕਟਸ ਨੂੰ ਫਸਟ ਪ੍ਰਾਈਜ਼ ਮਿਲ। ਪਹਿਲੀ ਮਰਤਬਾ 50,000 ਦੀ ਸੇਲ ਹੋਈ ਤੇ ਇਹਨਾਂ ਨੂੰ ਲੱਗਿਆ ਕਿ ਸਭ ਤੋਂ ਵੱਡੀ ਇਹਨਾਂ ਦੀ ਪ੍ਰਾਪਤੀ ਹੈ। ਰੇਖਾ ਹੋਰਾਂ ਦੀ ਸਾਲਾਨਾ ਟਰਨਓਵਰ ਕਰੀਬਨ 42 ਲੱਖ ਹੈ। ਇਹ ਅਚਾਰ, ਚਟਨੀ, ਮੁਰੱਬੇ ਆਦਿ ਔਰਗੈਨਿਕਲੀ ਪ੍ਰੋਡਿਊਸ ਕਰਦੇ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਜ਼ਰਵੇਟਿਵ ਵਰਤੋਂ ਵਿੱਚ ਨਹੀਂ ਲਿਆਇਆ ਜਾਂਦਾ। ਦਰਅਸਲ ਇਹ ਸਾਰਾ ਕੁਝ ਰੇਖਾ ਦੀ ਪਿਤਾ ਦੀ ਸੋਚ ਸਦਕਾ ਸੰਭਵ ਹੋ ਸਕਿਆ। बेटियां बाप की आंखों में छुपे हुए हर ख्वाब को पहचानती हैं और अगर वो ख्वाब कोई और पढ़ ले तो बहुत बुरा मानती हैं। रेखा ने एक ख्वाब पूरा कीता ते इसने इसकी जिंदगी भी बदल दिती। रेखा शर्मा की जिंदगी की कहानी बड़ी दिलचस्प है, ਇੰਨੀ ਕਿ ਇਸ ਉੱਤੇ ਇੱਕ ਫਿਲਮ ਵੀ ਫਿਲਮਾਈ ਜਾ ਸਕਦੀ ਹੈ। ਰੇਖਾ 10ਵੀਂ ਵਿੱਚ ਪੜ੍ਹਦੇ ਹੁੰਦੇ ਸਨ, ਉਹ ਇੱਕ ਦਿਨ ਕਿਸੇ ਦੇ ਘਰ ਜਾਂਦੇ ਨੇ, ਉੱਥੇ ਇੱਕ ਔਰਤ ਆਈ ਹੁੰਦੀ ਹੈ ਜੋ ਸਿਰਫ 50 ਰੁਪਏ ਮੰਗ ਰਹੀ ਹੁੰਦੀ ਹੈ ਕਿਉਂਕਿ ਅਗਲੇ ਦਿਨ ਉਸਦੀ ਬੇਟੀ ਦੀ ਫੀਸ ਜਾਣੀ ਹੁੰਦੀ ਹੈ। ਇਸ ਦੇ ਬਦਲੇ ਉਹ ਸਾਰਾ ਦਿਨ ਉੱਥੇ ਦਿਹਾੜੀ ਕਰਦੀ ਹੈ, ਪਰ ਸ਼ਾਮ ਨੂੰ ਜਦੋਂ 50 ਰੁਪਏ ਲੈਣ ਦਾ ਵਕਤ ਆਉਂਦਾ ਹੈ ਫਿਰ ਵੀ ਉਸਨੂੰ ਪੈਸੇ ਨਹੀਂ ਮਿਲਦੇ। ਉਹ ਇਨਸਾਨ ਉਸਨੂੰ ਕਹਿੰਦਾ ਹੈ ਕਿ ਕੱਲ੍ਹ ਨੂੰ ਆਈ, ਕੱਲ੍ਹ ਨੂੰ ਦੇਖਾਂਗੇ। ਉਹ ਔਰਤ ਉੱਥੋਂ ਰੋ ਕੇ ਬਿਲਕ ਕੇ ਵਾਪਸ ਚਲੇ ਜਾਂਦੀ ਹੈ, ਬਹੁਤ ਤਰਲੇ ਮਿੰਨਤਾਂ ਕਰਕੇ ਉੱਥੋਂ ਵਾਪਸ ਚਲੇ ਜਾਂਦੀ ਹੈ। ਰੇਖਾ ਸ਼ਰਮਾ ਬੁਰੀ ਤਰ੍ਹਾਂ ਦੁਖੀ ਹੋ ਜਾਂਦੀ ਹੈ, ਇਹ ਹਾਦਸਾ ਉਸਦੇ ਦਿਲ ਨੂੰ ਟੁੰਬਦਾ ਹੈ ਔਰ ਉਹ ਘਰ ਜਾ ਕੇ ਆਪਣੇ ਪਿਤਾ ਦੇ ਨਾਲ ਗੱਲ ਕਰਦੀ ਹੈ। ਪਿਤਾ ਤੋਂ 100 ਰੁਪਏ ਲੈਂਦੀ ਹੈ, ਉਸ ਔਰਤ ਨੂੰ ਦੇ ਕੇ ਆਉਂਦੀ ਹੈ, ਔਰਤ ਉਸਦਾ ਧੰਨਵਾਦ ਕਰਦੀ ਹੈ। ਪਰ ਜਦੋਂ ਵਾਪਸ ਉਹ ਘਰ ਆਉਂਦੀ ਹੈ ਤਾਂ ਉਸਦੇ ਪਿਤਾ ਉਸਨੂੰ ਸਮਝਾਉਂਦੇ ਨੇ ਕਿ ਅੱਜ ਤੂੰ ਇਹ ਪੈਸੇ ਦੇ ਦਿੱਤੇ ਨੇ, ਕੋਈ ਮਸਲਾ ਨਹੀਂ ਹੈ, ਸਾਨੂੰ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ, ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ, ਲੋਕਾਂ ਦੀ ਮਦਦ ਕਰਨਾ ਸਾਡਾ ਪਰਮ ਧਰਮ ਹੈ, ਇਨਸਾਨੀਅਤ ਦੀ ਨਿਸ਼ਾਨੀ ਹੈ। ਪਰ ਅਸੀਂ ਹਰ ਵਾਰ ਲੋਕਾਂ ਦੀ ਹੈਲਪ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਸਾਨੂੰ ਉੱਦਮ ਕਰਨਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਇਸ ਯੋਗ ਬਣਾ ਸਕੀਏ ਕਿ ਉਹ ਆਪਣੇ ਖਰਚੇ ਖੁਦ ਉਠਾ ਸਕਣ। ਸੋ ਇੱਥੋਂ ਬੇਸਿਕਲੀ ਇਹ ਆਈਡੀਆ ਜਨਮ ਲੈਂਦਾ ਹੈ ਕਿ ਇੱਕ ਸੈਲਫ ਹੈਲਪ ਗਰੁੱਪ ਜਿਹੜਾ ਹੈ ਉਹ ਬਣਾਇਆ ਜਾਵੇ ਜਿੱਥੋਂ ਔਰਤਾਂ ਨੂੰ ਆਤਮ ਨਿਰਭਰ ਕੀਤਾ ਜਾਏਗਾ। ਸ਼ੁਰੂ ਦੇ ਵਿੱਚ ਸਾਡਾ ਸੈਲਫ ਹੈਲਪ ਗਰੁੱਪ ਬਣਾਉਣ ਦਾ ਸਫ਼ਰ ਇੰਨਾ ਸੁਖਾਲਾ ਨਹੀਂ ਰਿਹਾ ਕਿਉਂਕਿ ਜਿਹੜੀ ਸ਼ੁਰੂ ਵਿੱਚ ਤਾਂ ਇਹ ਸੀ ਕਿ ਇੱਕ ਤਾਂ ਐਜੂਕੇਸ਼ਨ ਦੀ ਕਮੀ ਹੋਣ ਕਾਰਨ ਅਤੇ ਦੂਜਾ ਲੋਕਾਂ ਵਿੱਚ ਨੌਲੇਜ ਦਾ ਪੱਧਰ ਘੱਟ ਹੋਣ ਕਰਕੇ ਸਾਨੂੰ ਬੜੀਆਂ ਜ਼ਿਆਦਾ ਦਿੱਕਤਾਂ ਪੇਸ਼ ਆਈਆਂ ਕਿਉਂਕਿ ਕੋਈ ਵੀ ਆਪਣੀ ਜਿਹੜਾ ਹਸਬੈਂਡ ਹੈ ਆਪਣੀ ਵਾਈਫ ਨੂੰ ਘਰ ਤੋਂ ਸੈਲਫ ਹੈਲਪ ਗਰੁੱਪ ਬਣਾਉਣ ਦੇ ਲਈ ਭੇਜਣਾ ਨਹੀਂ ਚਾਹੁੰਦਾ ਸੀ। ਅਤੇ ਉਸ ਵੇਲੇ ਮੇਰੀ ਫੈਮਿਲੀ ਔਰ ਮੇਰੇ ਸਪੈਸ਼ਲੀ ਮੇਰੇ ਫਾਦਰ ਸਾਹਿਬ ਦੀ ਮੋਟੀਵੇਸ਼ਨ ਨਾਲ ਅਸੀਂ 2 ਮਹੀਨੇ ਘਰ ਘਰ ਜਾ ਕੇ ਕੰਟੀਨਿਊਸ ਦਿਨ ਰਾਤ ਬਿਨਾਂ ਦੇਖੇ ਲੋਕਾਂ ਦੇ ਘਰ ਲੋਕਾਂ ਨਾਲ ਸੈਲਫ ਹੈਲਪ ਗਰੁੱਪ ਕਿਵੇਂ ਬਣਾਉਣਾ ਹੈ,
ਕਿਵੇਂ ਅਸੀਂ ਆਤਮ ਨਿਰਭਰ ਬਣ ਸਕਦੇ ਹਾਂ ਉਹਦੇ ਲਈ ਅਸੀਂ ਲਗਾਤਾਰ ਲੋਕਾਂ ਨਾਲ ਇੰਟਰੈਕਸ਼ਨ ਕੀਤੀਆਂ ਅਤੇ ਕਿਤੇ ਜਾ ਕੇ ਸਾਡੇ ਨਾਲ 30 ਮੈਂਬਰ ਉਹ ਵੀ ਜਿਹੜੇ ਇਕਨੋਮੀਕਲ ਪੱਖੋਂ ਇੰਨੇ ਸਾਊਂਡ ਨਹੀਂ ਸੀ ਉਹ ਸਾਡੇ ਨਾਲ ਜੁੜਨ ਲਈ ਐਗਰੀ ਹੋਏ ਅਤੇ ਫਾਈਨਲੀ ਆਪਾਂ SSM ਨਾਂ ਦਾ ਸੈਲਫ ਹੈਲਪ ਗਰੁੱਪ ਬਣਾਇਆ। ਪਹਿਲਾਂ ਪਹਿਲਾਂ ਇੱਕ ਸਰਫ ਬਣਾਉਣ ਦਾ ਆਈਡੀਆ ਇਹਨਾਂ ਨੇ ਡਿਵੈਲਪ ਕੀਤਾ। ਜਦੋਂ ਸਰਫ ਬਣਾਉਣ ਲੱਗੇ ਤਾਂ ਉਸ ਵਕਤ ਮੈਨੇਜਮੈਂਟ ਦੀ ਘਾਟ ਸੀ, ਨੌਲੇਜ ਦੀ ਘਾਟ ਸੀ, ਸਰਫ ਬਣਾ ਤਾਂ ਲਿਆ ਜਿਸ ਦੀ ਕੁਆਲਿਟੀ ਬਹੁਤ ਅੱਛੀ ਸੀ ਪਰ ਉਸ ਦੀ ਪ੍ਰੋਡਕਸ਼ਨ ਕੋਸਟ ਇੱਕ ਟਾਈਡ ਸਰਫ ਪਾਊਡਰ ਜਿੰਨੀ ਹੀ ਪੈਂਦੀ ਸੀ। ਪਰ ਦਿੱਕਤ ਇਹ ਸੀ ਕਿ ਮਾਰਕੀਟਿੰਗ ਕਰਨੀ ਨਹੀਂ ਸੀ ਆਉਂਦੀ, ਉਸਦੀ ਲੇਬਲਿੰਗ ਨਹੀਂ ਸੀ ਹੋਈ, ਕੋਈ ਵੀ ਉਸ ਸਰਫ ਨੂੰ ਖਰੀਦਦਾ ਨਹੀਂ ਸੀ। ਜੇਕਰ ਦੁਕਾਨਦਾਰ ਉਹ ਲੈ ਵੀ ਲੈਂਦੇ ਸੀ ਜਾਂ 5-7-10 ਪੈਕਟ ਲੈ ਵੀ ਲੈਂਦੇ ਸੀ ਤਾਂ ਉਸਦੀ ਪੇਮੈਂਟਸ ਮਹੀਨਾ ਭਰ ਨਹੀਂ ਸੀ ਹੁੰਦੀ। ਸੋ ਖਰਚਾ ਇੱਕ ਨੋਰਮਲ ਵਾਸ਼ਿੰਗ ਪਾਊਡਰ ਜਿੰਨਾ ਹੀ ਆਉਂਦਾ ਸੀ ਉਸਨੂੰ ਮੈਨੂਫੈਕਚਰ ਕਰਨ 'ਤੇ, ਔਰ ਬੱਚਤ ਸਿਰਫ 20 ਰੁਪਏ ਸੀ, ਔਰ ਇਸ ਵਿੱਚ ਬਹੁਤ ਸਾਰੀਆਂ ਫੈਮਿਲੀਜ਼ ਦੀਆਂ ਔਰਤਾਂ ਜਿਹੜੀਆਂ ਸੀ ਉਹ ਇਨਵੋਲਵ ਸੀ। ਸੋ ਹੌਲੀ ਹੌਲੀ ਕਰਕੇ ਬਹੁਤ ਸਾਰੀਆਂ ਔਰਤਾਂ ਇਹਨਾਂ ਨੂੰ ਛੱਡ ਕੇ ਚਲੀਆਂ ਗਈਆਂ। CM ਪ੍ਰਕਾਸ਼ ਸਿੰਘ ਬਾਦਲ ਦੇ ਆਉਣ ਤੋਂ ਪਹਿਲਾਂ ਕੁਝ ਆਫਿਸਰਸ ਰੇਕੀ ਕਰਨ ਆਏ। ਉਸ ਵੇਲੇ ਰੇਖਾ ਤੇ ਕੁਝ ਹੋਰ ਲੜਕੀਆਂ ਕੋਠੇ ਤੇ ਬੈਠੀਆਂ ਭਾਂਡੇ ਮਾਂਜ ਰਹੀਆਂ ਸਨ, ਜਿਨ੍ਹਾਂ ਵਿੱਚ ਅਚਾਰ ਪ੍ਰਿਜ਼ਰਵ ਕਰਕੇ ਰੱਖਿਆ ਜਾਂਦਾ ਸੀ। ਉਹਨਾਂ ਨੇ ਇਹਨਾਂ ਨੂੰ ਕਿਹਾ ਕਿ CM ਸਾਹਿਬ ਆਉਣਗੇ, ਤੁਹਾਡੇ ਨਾਲ ਮੁਲਾਕਾਤ ਕਰਨਗੇ। ਇਹ ਜਿਹੜੇ ਤੁਸੀਂ ਸਰਕੜੇ ਦੇ ਡੰਡੇ ਲਗਾਏ ਨੇ, ਜੋ ਕਿ ਪਸ਼ੂਆਂ ਦੇ ਵਾਸਤੇ ਲਗਾਏ ਹੋਏ ਨੇ, ਇਹ ਤੁਹਾਨੂੰ ਪੱਟਣੇ ਪੈਣਗੇ। ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਤੇ ਬਾਦਲ ਸਾਹਿਬ ਨੇ ਪੁੱਛਿਆ ਕਿ ਬੱਚਿਓ ਤੁਸੀਂ ਕੀ ਚਾਹੁੰਦੇ ਹੋ, ਤਾਂ ਰੇਖਾ ਹੋਰਾਂ ਦਾ ਜਵਾਬ ਸੀ ਸਾਡੇ ਸਰਕੜੇ ਵਾਪਸ ਲਗਾ ਦਿਓ। ਪ੍ਰਕਾਸ਼ ਸਿੰਘ ਬਾਦਲ ਨੇ ਹੱਸ ਕੇ ਕਿਹਾ ਕਿ ਜੇ ਇਹੀ ਗੱਲ ਮੈਂ ਕਿਸੇ ਹੋਰ ਨੂੰ ਕਹੀ ਹੁੰਦੀ ਜਾਂ ਕਿਸੇ ਪ੍ਰੋਫੈਸ਼ਨਲ ਨੂੰ ਕਹੀ ਹੁੰਦੀ ਤਾਂ ਸ਼ਾਇਦ ਉਸਨੇ 150 ਪੇਜ ਦਾ ਖਰੜਾ ਬਣਾ ਕੇ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਮੇਰੇ ਅੱਗੇ ਰੱਖ ਦੇਣੀ ਸੀ। ਅਤੇ ਇਸ ਸਭ ਤੋਂ ਖੁਸ਼ ਹੋ ਕੇ ਉਹਨਾਂ ਨੇ ਇੱਕ ਵਾਰ 70 ਲੱਖ ਅਤੇ ਦੂਸਰੀ ਵਾਰ ਕਰੋੜਾਂ ਦੇ ਵਿੱਚ ਇਹਨਾਂ ਨੂੰ ਗ੍ਰਾਂਟਸ ਦਿੱਤੀਆਂ। ਮੇਰਾ ਨਾਮ ਰੀਨਾ ਹੈ, ਮੈਂ SSM ਸੈਲਫ ਹੈਲਪ ਗਰੁੱਪ ਨਾਲ 2012 ਤੋਂ ਜੁੜੀ ਹੋਈ ਹਾਂ ਸਰ। ਇੱਥੇ ਅਸੀਂ 65 ਤਰ੍ਹਾਂ ਦੇ ਜਿਹੜੇ ਹੈਗੇ ਆ ਪ੍ਰੋਡਕਟ ਬਣਾਉਂਦੇ ਹਾਂ, ਜਿਹਦੇ ਵਿੱਚ ਅਸੀਂ ਅਚਾਰ, ਮੁਰੱਬੇ, ਚਟਨੀ, ਜੂਸ, ਕੈਸ਼ਿਸ ਆਦਿ ਚੀਜ਼ਾਂ ਬਣਾਉਂਦੇ ਹਾਂ। ਇਹ ਸਾਰੀ ਚੀਜ਼ਾਂ ਜਿਹੜੀ ਹੈ ਅਸੀਂ ਔਰਗੈਨਿਕ ਤਿਆਰ ਕਰਦੇ ਹਾਂ, ਅਤੇ ਜਿਹੜੀ ਮਤਲਬ ਕਿ ਵਿਦਾਊਟ ਕੈਮੀਕਲ ਬਣਾਉਂਦੇ ਹਾਂ। ਔਰਗੈਨਿਕ ਹੈਗੀ ਹੈ ਕਿ ਜੋ ਮਾਰਕੀਟ ਵਿੱਚ ਅਸੀਂ ਕੈਮੀਕਲ ਵਾਲੀ ਚੀਜ਼ਾਂ ਨੂੰ ਖਾਂਦੇ ਹੁੰਦੇ ਹਾਂ, ਬੱਚਿਆਂ ਨੂੰ ਦਿੰਦੇ ਹਾਂ, ਉਹਦੇ ਤੋਂ ਅਸੀਂ ਦੂਰ ਹਟ ਕੇ ਥੋੜ੍ਹਾ ਇਹ ਔਰਗੈਨਿਕ ਤਰ੍ਹਾਂ ਨਾਲ ਤਿਆਰ ਕਰਕੇ ਅਸੀਂ ਬਣਾਉਂਦੇ ਹਾਂ। ਇਸ ਗਰੁੱਪ ਨੂੰ ਅਸੀਂ ਜਿਸ ਟਾਈਮ ਪਰ ਤਿਆਰ ਕੀਤਾ ਸੀਗਾ ਤਾਂ ਉਸ ਟਾਈਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ CM ਸਰ ਸੀਗੇ, ਉਹਨਾਂ ਨੇ ਆ ਕੇ ਸਾਨੂੰ ਗ੍ਰਾਂਟ ਦਿੱਤੀ ਸੀਗੀ, ਜਿਹਦੇ ਨਾਲ ਅਸੀਂ ਆਪਣੀ ਬਿਲਡਿੰਗ ਬਣਾਈ ਹੈ, ਮਸ਼ੀਨਰੀ ਲਈ ਹੈ, ਆਪਣਾ ਰੋ ਮਟੀਰੀਅਲ ਖਰੀਦਿਆ ਹੈਗਾ ਹੈ। ਤਾਂ ਅੱਜ ਅਸੀਂ ਜਿਹੜਾ ਕੰਮ ਕਰਦੇ ਹਾਂ, ਜਿਹੜਾ ਕੰਮ ਅਸੀਂ ਉਸ ਟਾਈਮ 15 ਮਿੰਟ ਅੱਧਾ ਘੰਟਾ ਜਾਂ 50 ਦਿਨ ਲਗਾ ਕੇ ਕਰਦੇ ਸੀਗੇ, ਉਹ ਕੰਮ ਅੱਜ ਅਸੀਂ 15 ਮਿੰਟ ਵਿੱਚ ਕਰ ਲੈਂਦੇ ਹਾਂ। ਇਹਦੇ ਵਿੱਚ ਅਸੀਂ ਖੁਸ਼ ਹੈ ਕਿ ਅਸੀਂ ਵੂਮੈਨਸ ਨੂੰ ਇੱਕ ਵੂਮੈਨ ਇੰਪਾਵਰਮੈਂਟ ਦੇ ਉੱਪਰ ਵੀ ਕੰਮ ਕੀਤਾ ਹੈਗਾ, ਜਿਹਦੇ ਵਿੱਚ ਅਸੀਂ 350 ਲੇਡੀਜ਼ ਨੂੰ ਜਿਹੜਾ ਕੰਮ ਦਿੱਤਾ ਹੈਗਾ ਹੈ, ਤਾਂ ਉਹਨਾਂ ਨੂੰ ਅਸੀਂ ਸੈਲਫ ਸਟੈਂਡ ਬਣਾਇਆ ਹੈਗਾ ਹੈ। ਅੱਜ ਜਿੰਨੀਆਂ ਵੀ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਹੈ ਉਹ ਵੂਮੈਨ ਇੰਪਾਵਰਮੈਂਟ ਦੇ ਉੱਪਰ ਕੰਮ ਕਰ ਰਹੀਆਂ ਹੈਗਾ। ਇਹਨਾਂ ਵਿੱਚ ਸਾਡੇ ਨਾਲ ਜਿਹੜੇ ਹੈਗੇ ਆ ਗਵਰਨਮੈਂਟ ਡਿਪਾਰਟਮੈਂਟਸ ਦੀ ਵੀ ਕਾਫੀ ਸਾਨੂੰ ਸਪੋਰਟ ਰਹੀ ਹੈ, ਜਿਸ ਤਰ੍ਹਾਂ ਐਗਰੀਕਲਚਰ ਡਿਪਾਰਟਮੈਂਟ ਹੈਗਾ ਹੈ, ਹਾਰਟੀਕਲਚਰ ਡਿਪਾਰਟਮੈਂਟ ਹੈਗਾ ਹੈ, ਇਹਨਾਂ ਸਾਰੇ ਡਿਪਾਰਟਮੈਂਟਸ ਦੀ ਸਾਨੂੰ ਕਾਫੀ ਹੈਲਪ ਰਹੀ ਹੈ। ਤਾਂ ਅਸੀਂ KVK ਜਿਹੜੇ ਐਗਜੀਬਿਸ਼ਨ ਲਗਾਉਂਦੇ ਹੈ, ਸਟੋਲਸ ਲਗਾਉਂਦੇ ਹੈ, ਇਹਨਾਂ ਨਾਲ ਸਾਡੇ ਸਮਾਨ ਦੀ ਜਿਹੜੀ ਮਾਰਕੀਟਿੰਗ ਦੀ ਵੀ ਸਾਨੂੰ ਦਿੱਕਤ ਦਾ ਸਾਹਮਣਾ ਸਾਨੂੰ ਨਹੀਂ ਕਰਨਾ ਪਿਆ। ਕਾਫੀ ਸਾਨੂੰ ਮਤਲਬ ਇਸ ਚੀਜ਼ ਤੋਂ ਮੋਟੀਵੇਸ਼ਨ ਮਿਲੀ ਹੈ, ਸਾਨੂੰ ਕਾਫੀ ਕੁਛ ਇਹਨਾਂ ਚੀਜ਼ਾਂ ਤੋਂ ਸਿੱਖਣ ਤੋਂ ਮਿਲਿਆ ਹੈ। ਇਹ ਕਰੀਬਨ 60 ਤਰ੍ਹਾਂ ਦੇ ਵੱਖ ਵੱਖ ਪ੍ਰੋਡਕਟਸ ਮੈਨੂਫੈਕਚਰ ਕਰਦੇ ਨੇ। ਹੁਣ ਤਾਂ ਪੈਕਿੰਗ, ਮਾਰਕੀਟਿੰਗ, ਸੋਸ਼ਲ ਮੀਡੀਆ ਹਰ ਢੰਗ ਤਰੀਕਾ ਸਿੱਖ ਲਿਆ। ਸਮਾਂ ਸਭ ਕੁਝ ਸਿਖਾ ਹੀ ਤਾਂ ਦਿੰਦਾ ਹੈ ਆਖਿਰ।